ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਰੁਕ ਕਰਾਂਗੇ ਦਿਨ ਭਰ ਦੀਆਂ ਉਹ ਖਾਸ ਖਬਰਾਂ ਦੇ ਵੱਲ ਜੋ ਚਰਚਾ ਦਾ ਵਿਸ਼ਾ ਰਹੀਆਂ ਨੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਲਈ ਹਰ ਸੰਭਵ ਮਦਦ ਪਹੁੰਚਾਈ ਜਾਵੇ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲੇਕਿਨ ਇਸ ਦੇ ਚਲਦੇ ਬਹੁਤ ਸਾਰੇ ਪਿੰਡ ਅਜੇ ਵੀ ਨੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਮਦਦ ਨਹੀਂ ਪਹੁੰਚਾਈ ਗਈ ਕਾਨੋਵਾਲ ਦੇ ਪਿੰਡ ਬੁੱਡਾ ਬਾਲਾ ਦੇ ਵਿੱਚ ਬਿਆਸ ਤਰਿਆ ਦਾ ਪਾਣੀ ਇਸ ਹੱਦ ਤੱਕ ਭਰ ਚੁੱਕਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਅਨੀਤਾਰ ਪਰ ਹੋਣ ਦੇ ਲਈ ਇੱਕ ਬੇੜੀ ਵਰਗਾ ਜੁਗਾੜ ਉਹਨਾਂ ਦੇ ਵੱਲੋਂ ਬਣਾਇਆ ਗਿਆ ਜਿਸ ਦੇ ذریعے ਉਹ ਪਾਣੀ ਤੋਂ આરਪਾਰ ਜਾਂਦੇ ਨੇ ਬਿਆਸ ਦਰਿਆ ਨੇ ਜਿੱਥੇ ਇੱਥੇ ਘਰਾਂ ਅਤੇ ਫਸਲਾਂ ਨੂੰ ਤਬਾਹ ਕਰ ਦਿੱਤਾ ਹੁਣ ਪਾਣੀ ਦੇ ਵਿੱਚ ਕਈ ਜਾਨਵਰ ਵੀ ਆ ਚੁੱਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਨਾਸੂ ਦੇ ਵਿੱਚ ਦੇਰ ਰਾਤ ਨੂੰ ਗਵਾਂਡੀਆਂ ਚਖੂਨੀ ਝੜਪ ਹੋ ਜਾਂਦੀ ਹੈ ਇਸੇ ਦੌਰਾਨ ਇੱਕ ਬਜ਼ੁਰਗ ਦੇ ਸਿਰ ਦੇ ਵਿੱਚ ਈਟਾਂ ਮਾਰੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਝਗੜਾ ਕੰਧ ਦੀ ਮੁਰੰਮਤ ਨੂੰ ਲੈ ਕੇ ਹੋਇਆ ਸੀ ਪਹਿਲਾਂ ਮਾਮੂਲੀ ਤਕਰਾਰ ਹੋਈ ਫਿਰ ਪੁਰਾਣੀ ਰੰਜਿਸ਼ ਨੂੰ ਲੈ ਕੇ ਹੱਥੋਂ ਪਾਈ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਕਤਲ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਮ੍ਰਿਤਕ ਦੇ ਲੜਕੇ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਗਵਾਂਡੀ ਚਿੱਟੇ ਦੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਸ ਦੇ ਪਿਤਾ ਉਨਾਂ ਨੂੰ ਰੋਕਦੇ ਸੀ ਤੇ ਇਸੇ ਦੁਸ਼ਮਣੀ ਦੇ ਕਾਰਨ ਉਸਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਦੇ ਵਜੋਂ ਹੋਈ ਹੈ। ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਤੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਨੌਜਵਾਨ ਮਾਫੀਆ ਦਾ ਸ਼ਿਕਾਰ ਵੀ ਹੋ ਰਹੇ ਨੇ ਪੰਜਾਬ ਸਰਕਾਰ ਫਰਜ਼ੀ ਏਜੰਟਾਂ ਨੂੰ ਨੱਥ ਪਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਰੀਬ 17 ਨੌਜਵਾਨਾਂ ਨੇ ਜਰਮਨੀ ਜਾਣਾ ਸੀ ਲੇਕਿਨ ਫੜੇ ਜਾਣ ਤੋਂ ਬਾਅਦ ਲੀਬੀਆ ਪਹੁੰਚ ਜਾਂਦੇ ਨੇ ਜੋ ਕਿ ਪਿਛਲੇ 6 ਮਹੀਨਿਆਂ ਤੋਂ ਫਸੇ ਹੋਏ ਸੀ ਜਿਸ ਦੇ ਵਿੱਚ 8 ਹਰਿਆਣਾ 4 ਪੰਜਾਬ ਅਤੇ 1 ਜੰਮੂ ਇੱਕ ਸ਼ਿਮਲਾ ਦੇ ਵਿਸਨੀਕ ਨੇ ਦੇਰ ਰਾਤ ਤੇ ਨੌਜਵਾਨ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਇਹਨਾਂ ਦਾ ਵਤਨ ਵਾਪਸ ਪਰਤਣ ਤੇ ਸਵਾਗਤ ਕੀਤਾ ਗਿਆ ਵਧਾਈ ਦਿੱਤੀ ਗਈ ਐਸੇ ਦੌਰਾਨ ਇਹਨਾਂ ਨੌਜਵਾਨਾਂ ਨੇ ਰਾਜ ਸਭਾ ਮੈਂਬਰ ਵਿਕਰਮ ਸਾਨੀ ਦੇ ਨਾਲ ਸੰਪਰਕ ਕੀਤਾ ਅਤੇ ਰਾਜ ਸਭਾ ਮੈਂਬਰ ਨੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਇਹਨਾਂ ਨੌਜਵਾਨਾਂ ਨੂੰ ਦੇਸ਼ ਛੱਡਣ ਦੇ ਲਈ ਪੱਤਰ ਲਿਖਿਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੇ ਰਾਜਦੂਤ ਨਾਲ ਸੰਪਰਕ ਕੀਤਾ ਭਾਰਤੀ ਦੂਤਾਵਾਸ ਨੇ ਇਹਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜੀਐਸਟੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੇ ਦੌਰਾਨ ਬਿੱਲ ਲਿਆਓ ਇਨਾਮ ਪਾਓ ਸਕੀਮ ਲਾਂਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਮੇਰਾ ਬਿੱਲ ਐਪ ਵੀ ਲਾਂਚ ਕੀਤੀ ਗਈ ਸੀ ਇਹ ਜਾਣਕਾਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਦਾ ਦੱਸਣਾ ਸੀ ਕਿ ਪੰਜਾਬ ਸਰਕਾਰ ਨੇ ਜੀਐਸਟੀ ਨੂੰ ਲੈ ਕੇ ਬਿੱਲ ਲਿਆਓ ਇਨਾਮ ਪਾਓ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਨਾਲ ਜੀਐਸਟੀ ਟੈਕਸ ਭਰਨ ਦੇ ਲਈ ਲੋਕਾਂ ਨੂੰ ਹੰਗਾਰਾ ਮਿਲੇਗਾ ਉਹਨਾਂ ਦੱਸਿਆ ਕਿ ਇੱਕ ਬੰਦੇ ਨੂੰ ਇੱਕ ਮਹੀਨੇ ਦੇ ਵਿੱਚ ਇੱਕ ਹੀ ਇਨਾਮ ਮਿਲੇਗਾ ਨਾਲ ਹੀ ਉਹਨਾਂ ਦਾ ਦੱਸਣਾ ਸੀ ਕਿ ਆਪਕਾਰੀ ਵਿਭਾਗ ਨੇ ਲੋਕਾਂ ਦੇ ਵਿੱਚ ਟੈਕਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਐਪ ਤਿਆਰ ਕੀਤੀ ਹੈ ਜਿਸ ਦੇ ਤਹਿਤ 200 ਰੁਪਏ ਦਾ ਸਮਾਨ ਖਰੀਦਣ ਤੇ 1000 ਰੁਪਏ ਦਾ ਇਨਾਮ ਕੱਢਿਆ ਜਾਵੇਗਾ ਹਰੇਕ ਮਹੀਨੇ 29 ਲੱਖ ਰੁਪਏ ਦੇ ਇਨਾਮ ਕੱਢੇ ਜਾਣਗੇ ਉਹਨਾਂ ਦੱਸਿਆ ਕਿ ਐਪ ਦੇ ਰਾਹੀਂ ਟੈਕਸ ਸਟੋਰੀ ਕਰਨ ਦਾ ਰੁਝਾਨ ਬੰਦ ਹੋਵੇਗਾ ਟੈਕਸ ਸਟੋਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਦਾ ਦੱਸਣਾ ਸੀ ਕਿ ਟੈਕਸ ਸਟੋਰੀ ਹੋਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਗਲਤ GST ਅਤੇ ਗਲਤ ਬਿੱਲ ਦੇ ਬਾਰੇ ਵੀ ਜਾਣਕਾਰੀ ਮਿਲੇਗੀ ਕਾਂਗਰਸ ਪ੍ਰਧਾਨ ਮਲੇਕਰਜਨ ਖੜਗੇ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ ਇਸ 39 ਮੈਂਬਰੀ ਟੀਮ ਦੇ ਵਿੱਚ ਖੜਗੇ ਤੋਂ ਬਾਅਦ ਸੋਨੀਆ ਗਾਂਧੀ ਡਾਕਟਰ ਮਨਮੋਹਨ ਸਿੰਘ ਦਾ ਨਾਮ ਸ਼ਾਮਿਲ ਹੈ ਇਸ ਤੋਂ ਇਲਾਵਾ ਇਸ ਸੂਚੀ ਦੇ ਵਿੱਚ ਰਾਹੁਲ ਗਾਂਧੀ ਲੋਕ ਸਭਾ ਪਾਰਟੀ ਦੇ ਨੇਤਾ ਅਦੀਤ ਚੰਦਰ ਚੌਧਰੀ ਪ੍ਰਿਯੰਕਾ ਗਾਂਧੀ ਅੰਬਿਕਾ ਸੋਨੀ ਏਕੇ ਐਂਟੋਨੀ ਮੀਰਾ ਕੁਮਾਰ ਅਤੇ ਦਿਗਵਿਜੈ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਕਮੇਟੀ ਦਾ ਅਹਿਮ ਹਿੱਸਾ ਰਹਿਣਗੇ ਅੰਬਿਕਾ ਸੋਨੀ ਅਤੇ ਮਨੀਸ਼ तिवारी ਨੂੰ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਾਂਗਰਸ ਦੇ ਵਿੱਚ ਫੈਸਲੇ ਲੈਣ ਵਾਲੀ ਇਸ ਸਰਪੁੱਚ ਕਮੇਟੀ ਦੇ ਵਿੱਚ ਰਾਜਸਥਾਨ ਦੇ ਬਾਗੀ ਅਤੇ ਖਫਾ ਨੇਤਾ ਸਚਿਨ ਪਾਇਲਟ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਦੱਸ ਦਿੰਦੇ ਹਾਂ ਕਿ ਬਦਲਾ ਇਸ ਸਾਲ ਰਾਜਸਥਾਨ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਨੇ ਹਲਕਿਆਂ ਦੇ ਮੁਤਾਬਿਕ ਇਸ ਸਾਲ ਦਿੱਲੀ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਗਹਿ ਲੋਥ ਵਰਚੁਅਲ ਤੌਰ ਤੇ ਸ਼ਾਮਿਲ ਰਹੇ ਤੇ ਇਸ ਦੇ ਵਿੱਚ ਸਹਿਮਤੀ ਦੇ ਆਧਾਰ ਤੇ ਇਹ ਸਾਰੇ ਫੈਸਲੇ ਲਏ ਗਏ ਨੇ ਤੇ ਸਹਿਮਤੀ ਦੇ ਆਧਾਰ ਤੇ ਹੀ ਇਸ ਟੀਮ ਦਾ ਗਠਨ ਕੀਤਾ ਗਿਆ ਤੇ ਇਸ ਹੀ ਦਿਨ ਪਰ ਦਿਓ ਖਬਰਾਂ ਜੋ ਚਰਚਾ ਬਟੋਰ ਦੀਆਂ ਹੋਈਆਂ ਨਜ਼ਰ ਆਈਆਂ ਨੇ ਅਗਲੀ ਵਾਰ ਫਿਰ ਪੇਸ਼ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਚੈਨਲ ਨਿਰਪੱਖ ਪੋਸਟ